ਪਲਾਸਟਿਕ ਨਾਲੋਂ ਗੱਲ ਕੀਤੀ ਜਾਵੇ ਮਿੱਟੀ ਦੇ ਬਰਤਨ ਇਸ ਸਮੇਂ ਜ਼ਿਆਦਾ ਚੱਲ ਪਏ ਕਿਉਂਕਿ ਠੰਡਾ ਕਿੰਨਾ ਦੇਰ ਪਾਣੀ ਜਿਹੜਾ ਹੈਗਾ ਇਹਦੇ ਵਿੱਚ ਠੰਡਾ ਰਹਿੰਦਾ ਗੱਲ ਕੀਤੀ ਜਾਵੇ ਕਿੰਨੇ ਕੁ ਲੋਕ ਜਿਹੜੇ ਨੇ ਇਹ ਮਿੱਟੀ ਦੇ ਬਰਤਨਾਂ ਵਾਲ ਜਿਹੜੇ ਨੇ ਅਟਰੈਕਟਿਵ ਹੋ ਚੁੱਕੇ ਹੋਏ ਤੇ ਲੈ ਰਹੇ ਨੇ ਜਿਹੜਾ 10 ਲੀਟਰ ਦਾ ਹੈਗਾ ਜੀ ਉਹ 200 ਰੁਪਏ ਦਾ ਹੈਗਾ 15 ਲੀਟਰ ਦਾ ਹੈਗਾ 250 ਰੁਪਏ ਦਾ ਜਿਹੜਾ ਸਭ ਤੋਂ ਵੱਡਾ ਹੈਗਾ ਵਾ ਉਹ 300 ਰੁਪਏ ਦਾ ਵਧੀਆ ਮਿੱਟੀ ਦੇ ਘੜੇ ਨੇ ਪਾਣੀ ਠੰਡਾ ਰਹਿੰਦਾ ਜੀ ਗੱਲ ਕੀਤੀ ਜਾਵੇ ਜਿੱਦਾਂ ਕੋਵਿਡ ਦੀ ਬਿਮਾਰੀ ਜਿਹੜੀ ਹੈ ਲਗਾਤਾਰ ਚੱਲਦੀ ਹੈ ਡਾਕਟਰ ਵੀ ਕਹਿੰਦੇ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਲੇਕਿਨ ਇਹ ਨੁਕਸਾਨਦਾਇਕ ਤਾਂ ਨਹੀਂ ਹੈ ਆਲੂ ਪ੍ਰਸ਼ਾਦ ਯਾਦਵ ਯਾਰ ਆ ਗਿਆ ਦੇਖ ਕੇ ਵੈਸੇ ਗੱਲ ਕੀਤੀ ਜਾਵੇ ਕੂਲਰ ਜਿਹੜੇ ਨੇ ਗੱਡੀਆਂ 'ਚ ਹੋਈ ਦੇ ਉਹਨਾਂ ਨੇ ਸ਼ੁਰੂ ਕੀਤੇ ਸੀਗੇ ਕਿ ਜਿਹੜਾ ਇਹ ਘੜਾ ਵੈ ਇਹ ਅੱਜ ਬੜਾ ਖੁਸ਼ੀ ਹੋ ਰਹੀ ਹੈ ਕਿ ਅਸੀਂ ਘੱਟੋ ਘੱਟ 100 ਸਾਲ ਵਾਪਸ ਪਿੱਛੇ ਜਾ ਰਹੇ ਹਾਂ ਜਿਹੜਾ ਇਹਦਾ ਪਾਣੀ ਹੈ ਨਾ ਸਾਰਾ ਤੁਸੀਂ ਮੰਨ ਕੇ ਚੱਲੋ ਵੀ ਪਿਊਚਰਾਈਜ਼ ਹੋ ਜਾਂਦਾ ਹੈ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਉਹਦੇ ਵਿੱਚ ਉਸ ਸਮੇਂ ਸਾਡੇ ਲਈ ਇਹ ਭਾਂਡੇ ਨਹੀਂ ਸਾਡੇ ਲਈ ਉਹ ਖਾਣ ਪੀਣ ਦੀ ਚੀਜ਼ਾਂ ਹੀ ਬਹੁਤ ਮਾਇਨੇ ਰੱਖਦੀਆਂ ਸੀਗੀਆਂ ਜਿਹੜੀਆਂ ਅੱਜ ਕੱਲ੍ਹ ਮਿਲਾਵਟ ਕਰਕੇ ਮਿਲ ਰਹੀਆਂ ਇਸ ਕਰਕੇ ਸਾਡੀ ਉਮਰਾਂ ਜਿਹੜੀਆਂ ਘੱਟ ਗਈਆਂ ਸਾਨੂੰ ਪਹਿਲੇ ਉਹ ਮਿਲਾਵਟ ਖੋੜਾਂ ਨੂੰ ਬੰਦ ਕਰਨਾ ਪੈਣਾ ਤਾਂ ਹੀ ਅਸੀਂ ਆਪਣੀ ਉਮਰਾਂ ਦੁਬਾਰਾ ਜੀ ਸਕਾਂਗੇ ਮਿੱਟੀ ਦੇ ਬਰਤਨਾਂ ਦਾ ਉਮਰਾਂ ਵੱਡੀਆਂ ਨਹੀਂ ਹੋਣੀਆਂ ਕਈਆਂ ਦਾ ਮਕਾਨ ਵਿਕੂਗਾ ਕਈਆਂ ਦਾ ਬੈਂਕ 'ਚ ਪੈਸੇ ਜਿਹੜੇ ਨੇ ਉਹ ਖਾਲੀ ਹੋਣਗੇ ਆਣੀਆਂ ਤਾਂ ਲਾਸ਼ਾਂ ਹੀ ਨਹੀਂ ਨਾ ਬਾਪ ਬੜਾ ਨਾ ਭਈਆ ਸਭ ਤੋਂ ਬੜਾ ਰੁਪਈਆ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਜਾਵੇ ਗਰਮੀ ਦੀ ਗਰਮੀ ਇਸ ਸਮੇਂ ਅੱਤ ਦੀ ਪੈ ਰਹੀ ਹੈ ਟੈਂਪਰੇਚਰ ਦੀ ਗੱਲ ਕੀਤੀ ਜਾਵੇ 46-47 ਡਿਗਰੀ ਟੈਂਪਰੇਚਰ ਜਿਹੜਾ ਹੁੰਦਾ ਲੂ ਜਿਹੜੀ ਹੈ ਲਗਾਤਾਰ ਚੱਲ ਰਹੀ ਹੁੰਦੀ ਹੈ ਖਾਣ ਪੀਣ ਦਾ ਕੁਛ ਮਨ ਨਹੀਂ ਕਰਦਾ ਫਲ ਫਰੂਟ ਜਿਹੜੇ ਨੇ ਇਸ ਸਮੇਂ ਕਹਿੰਦੇ ਨੇ ਵਿਸ਼ੇਸ਼ ਡਾਕਟਰ ਵਿਸ਼ੇਸ਼ ਜਿਹੜੇ ਨੇ ਉਹ ਕਹਿੰਦੇ ਨੇ ਕਿ ਫਲ ਫਰੂਟ ਦਾ ਸੇਵਨ ਕੀਤਾ ਜਾਵੇ ਅਗਰ ਭੁੱਖ ਤੁਹਾਨੂੰ 4 ਰੋਟੀਆਂ ਦੀ ਹੈ ਤਾਂ 3 ਹੀ ਰੋਟੀਆਂ ਖਾਧੀਆਂ ਜਾਣ ਕਿਉਂਕਿ ਇਸ ਸਮੇਂ ਪਾਣੀ ਜਿਹੜਾ ਜ਼ਿਆਦਾ ਮਾਤਰਾ ਦੇ ਵਿੱਚ ਪੀਤਾ ਜਾਂਦਾ ਅਤੇ ਇੱਕ ਸਮੇਂ ਇੱਕ ਦੂਜੇ ਪਾਸੇ ਕਰੋਨਾ ਦੀ ਜਿਹੜੀ ਲਹਿਰ ਚੱਲ ਰਹੀ ਹੈ ਜਿਹਦੇ ਵਿੱਚ ਕਿਹਾ ਜਾਂਦਾ ਕਿ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਠੰਡੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਲੇਕਿਨ ਅਸੀਂ ਦੁਕਾਨ 'ਤੇ ਖੜ੍ਹੇ ਹੋਏ ਹਾਂ ਮਟਕੇ ਦੀ ਦੁਕਾਨ ਆ ਤਰ੍ਹਾਂ ਤਰ੍ਹਾਂ ਦੀ ਵਰਾਇਟੀ ਹੈ ਮਿੱਟੀ ਦੇ ਮਟਕੇ ਜਿਹੜੇ ਹੈਗੇ ਨੇ ਤਸਵੀਰਾਂ 'ਚ ਤੁਹਾਨੂੰ ਦਿਖਾਏ ਜਾ ਰਹੇ ਨੇ ਕਿ ਟੂਟੀਆਂ ਤੱਕ ਵੀ ਜਿਹੜੀ ਹੈ ਅਤੇ ਫੈਂਸੀ ਜਿਹੜੀ ਲੱਗੀਆਂ ਹੋਈਆਂ ਨੇ ਅਤੇ ਤੁਸੀਂ ਤਸਵੀਰਾਂ ਤੁਹਾਨੂੰ ਦਿਖਾਏ ਜਾਊਗਾ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਮਟਕੇ ਨੇ ਮਿੱਟੀ ਦੇ ਮਟਕੇ ਨੇ ਪਾਣੀ ਜਿਹੜਾ ਇਹਦੇ ਵਿੱਚ ਬਿਲਕੁਲ ਠੰਡਾ ਰਹਿੰਦਾ ਪਹਿਲੇ ਜਿਹੜੇ ਚੱਲਦੇ ਸੀ ਆਹ ਚੱਲਦੇ ਸੀ ਸਮੇਂ ਦੇ ਨਾਲ ਜਿੱਦਾਂ ਸਮੇਂ ਬਦਲਦਾ ਗਿਆ ਤਬਦੀਲ ਹੁੰਦਾ ਗਿਆ ਉਸ ਸਮੇਂ ਉਸ ਤੋਂ ਬਾਅਦ ਜਿਹੜੇ ਨੇ ਫੈਂਸੀ ਮਟਕੇ ਜਿਹੜੇ ਨੇ ਘਰੇ ਰੱਖਣ ਲੱਗ ਗਏ ਲੋਕ ਜਿਹੜੇ ਰੱਖਣ ਲੱਗ ਗਏ ਅੱਜ ਕੱਲ੍ਹ ਤਾਂ ਪਰਹੇਜ਼ ਕੀਤਾ ਜਾ ਰਿਹਾ ਵੈ ਕਿ ਪਲਾਸਟਿਕ ਦੀ ਬੋਤਲ ਨਾਲੋਂ ਵਧੀਆ ਜਿਹੜੀਆਂ ਇਹ ਮਿੱਟੀ ਦੀ ਬੋਤਲਾਂ ਜਿਹੜੀਆਂ ਹੈਗੀਆਂ ਨੇ ਇਹ ਰੱਖੀਆਂ ਜਾ ਰਹੀਆਂ ਨੇ ਇਹਦੇ 'ਚ ਪਾਣੀ ਵੀ ਜਿਹੜਾ ਕਾਫੀ ਸਮਾਂ ਜਿਹੜਾ ਠੰਡਾ ਰਹਿੰਦਾ ਵੈ ਹੋਰ ਤਮਾਮ ਜਿਹੜੀਆਂ ਚੀਜ਼ਾਂ ਜਿਹੜੀਆਂ ਇੱਥੇ ਪਈਆਂ ਹੋਈਆਂ ਮਿੱਟੀ ਦੀ ਬਰਤਨ ਦੀ ਦੁਕਾਨ 'ਤੇ ਅਸੀਂ ਮੌਜੂਦ ਹੈਗੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਅਲੱਗ ਵਰਾਇਟੀਆਂ ਜਿਹੜੀਆਂ ਨੇ ਇੱਥੇ ਪਈਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਲੋਕ ਜਿਹੜੇ ਨੇ ਦੂਰੋਂ ਦੂਰੋਂ ਆਉਂਦੇ ਨੇ ਅਤੇ ਸਮਾਨ ਜਿਹੜਾ ਹੈਗਾ ਉੱਥੋਂ ਪਰਚੇਜ਼ ਕਰਦੇ ਨੇ ਗੱਲਬਾਤ ਵੀ ਕਰਾਂਗੇ ਭਾਜੀ ਪਲਾਸਟਿਕ ਨਾਲੋਂ ਗੱਲ ਕੀਤੀ ਜਾਵੇ ਮਿੱਟੀ ਦੇ ਬਰਤਨ ਇਸ ਸਮੇਂ ਜ਼ਿਆਦਾ ਚੱਲ ਪਏ ਕਿਉਂਕਿ ਠੰਡਾ ਦੇਖ ਰਹੇ ਹਾਂ ਦੇਖ ਰਹੇ ਹਾਂ ਠੰਡੇ ਰਹਿਣ ਦੇ ਨੇ ਹਾਂਜੀ ਹਾਂਜੀ ਜੀ ਠੰਡੇ ਆ ਜੀ ਕਿਸੇ ਕਿੰਨਾ ਕੁ ਮਾਲ ਜਿਹੜਾ ਹੈਗਾ ਇਸ ਸਮੇਂ ਵਿਕਦਾ ਕਿ ਗਰਮੀ ਦਾ ਜਿਹੜਾ ਮੌਸਮ ਹੈਗਾ ਸਭ ਨੂੰ ਵੱਡਾ ਹੋਏ ਗਰਮੀ ਆਹ ਦੇਖ ਲਓ ਬਾਊ ਜੀ ਸਭ ਤੋਂ ਵਧੀਆ ਘੜਾ ਜੀ ਗਰਮੀ ਦੇ ਮੌਸਮ ਵਿੱਚ ਫਰਿੱਜਾਂ ਨਾਲੋਂ ਮਿੱਟੀ ਦੇ ਘੜੇ ਵਿਕ ਰਹੇ ਨੇ ਅਤੇ ਮਿੱਟੀ ਦੇ ਘੜਿਆਂ ਵਿੱਚ ਪਾਣੀ ਪੀਣ ਨਾਲ ਸਿਹਤ ਨੂੰ ਲਾਭਦਾਇਕ ਹੈ ਗੱਲ ਕੀਤੀ ਜਾਵੇ ਕਿ ਕਿੰਨਾ ਦੇਰ ਪਾਣੀ ਜਿਹੜਾ ਹੈਗਾ ਇਹਦੇ ਵਿੱਚ ਠੰਡਾ ਰਹਿੰਦਾ ਇਹ ਤਾਂ ਜੀ ਰਾਤੀ ਭਰ ਕੇ ਰੱਖ ਦਿਓ ਸਵੇਰ ਤੱਕ ਠੰਡਾ ਰਹਿੰਦਾ ਇੱਕਦਮ ਪਾਣੀ ਪੀਣ ਦੇ ਪੀਣ ਵਾਸਤੇ ਬਹੁਤ ਵਧੀਆ ਹੈ ਗੱਲ ਕੀਤੀ ਜਾਵੇ ਕਿੰਨੇ ਕੁ ਲੋਕ ਜਿਹੜੇ ਨੇ ਇਹ ਮਿੱਟੀ ਦੇ ਬਰਤਨਾਂ ਵਾਲ ਜਿਹੜੇ ਨੇ ਅਟਰੈਕਟਿਵ ਹੋ ਚੁੱਕੇ ਹੋਏ ਅਤੇ ਲੈ ਰਹੇ ਨੇ ਇਹ ਜੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਕੰਮ ਚੱਲ ਪਿਆ ਮਿੱਟੀ ਦੇ ਬਰਤਨਾਂ ਨਾਲ ਪਲਾਸਟਿਕ ਦੇ ਫਰਿੱਜਾਂ ਏਸੀ ਫਰਿੱਜਾਂ ਹੋ ਗਈਆਂ ਉਹਨਾਂ ਨਾਲੋਂ ਬਹੁਤ ਵਧੀਆ ਘੜੇ ਦਾ ਪਾਣੀ ਪੀਣ ਵਾਸਤੇ ਲਾਭਦਾਇਕ ਹੈ ਸਾਡੇ ਨਾਲ ਦੁਕਾਨਦਾਰ ਹੈ ਮੌਜੂਦ ਹੈਗਾ ਦੁਕਾਨਦਾਰ ਸਾਡੇ ਨਾਲ ਮੌਜੂਦ ਹੈਗੇ ਨੇ ਲੇਕਿਨ ਗੱਲਬਾਤ ਕਰਦੇ ਹਾਂ ਅਸੀਂ ਇੱਕ ਕਿੰਨਾ ਕੁ ਸਮਾਨ ਜਿਹੜਾ ਜਿੰਨਾ ਕੁ ਸਮਾਨ ਜਿਹੜਾ ਹੈਗਾ ਵੈ ਇੱਥੇ ਤੁਹਾਡਾ ਜਿਹੜਾ ਸੇਲ ਹੋ ਜਾਂਦਾ ਵੈ ਤੁਸੀਂ ਲਗਾਤਾਰ ਇੱਥੇ ਕਿੱਥੋਂ ਕਿੱਥੋਂ ਦੇ ਘੜੇ ਨੇ ਗੱਲ ਕੀਤੀ ਇਹ ਭਾਜੀ ਗੁਜਰਾਤ ਦੇ ਘੜੇ ਨੇ ਅਤੇ ਰਾਜਸਥਾਨ ਦੇ ਘੜੇ ਨੇ ਵਧੀਆ ਘੜੇ ਗੁਜਰਾਤ ਦੇ ਨੇ ਪਾਣੀ ਠੰਡਾ ਰਹਿੰਦਾ ਇਹਨਾਂ ਵਿੱਚ ਟਰਾਂਸਪੋਰਟ ਰਾਹੀਂ ਮਾਲ ਆਉਂਦਾ ਜੀ ਇਹ ਕਿਹੜੇ ਕਿਹੜੇ ਗੁਜਰਾਤ ਦੇ ਘੜੇ ਨੇ ਕੀ ਪ੍ਰਾਈਸ ਕੀ ਹੈਗਾ ਦੱਸਿਆ ਜਾਊਗਾ ਜਿਹੜਾ 10 ਲੀਟਰ ਦਾ ਹੈਗਾ ਜੀ ਉਹ 200 ਰੁਪਏ ਦਾ ਹੈਗਾ 15 ਲੀਟਰ ਦਾ ਹੈਗਾ 250 ਰੁਪਏ ਦਾ ਜਿਹੜਾ ਸਭ ਤੋਂ ਵੱਡਾ ਹੈਗਾ ਵਾ ਉਹ 300 ਰੁਪਏ ਦਾ ਵਧੀਆ ਮਿੱਟੀ ਦੇ ਘੜੇ ਨੇ ਇਹ ਪਾਣੀ ਠੰਡਾ ਰਹਿੰਦਾ ਜੀ ਅਤੇ ਇਹਦੇ ਨਾਲ ਸਾਹ ਦੀ ਪ੍ਰੋਬਲਮ ਜਿੱਦਾਂ ਮਤਲਬ ਦੇਖਿਆ ਜਾਵੇ ਤਾਂ ਸਟੀਲ ਦੇ ਬਰਤਨਾਂ ਨਾਲੋਂ ਵਧੀਆ ਚੀਜ਼ ਆ ਪਾਣੀ ਠੰਡਾ ਰਹਿੰਦਾ ਸਾਹ ਦੀ ਪ੍ਰੋਬਲਮ ਨਹੀਂ ਹੁੰਦੀ ਜਿੱਦਾਂ ਮਤਲਬ ਕਿ ਭੱਜ ਨੱਠ ਕਰਦੇ ਤਾਂ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਗੱਲ ਕੀਤੀ ਜਾਵੇ ਜਿੱਦਾਂ ਕੋਵਿਡ ਦੀ ਬਿਮਾਰੀ ਜਿਹੜੀ ਹੈ ਲਗਾਤਾਰ ਚੱਲਦੀ ਹੈ ਡਾਕਟਰ ਵੀ ਕਹਿੰਦੇ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਲੇਕਿਨ ਇਹ ਨੁਕਸਾਨਦਾਇਕ ਤਾਂ ਨਹੀਂ ਹੈ ਪਾਣੀ ਕੋਈ ਨੁਕਸਾਨਦਾਇਕ ਨਹੀਂ ਹੈ ਲਾਭਦਾਇਕ ਹੈ ਜੀ
ਇਹਦਾ ਆਪਾਂ ਫਰਿੱਜ ਦਾ ਪਾਣੀ ਪੀ ਲੈਂਦੇ ਹਾਂ, ਬਰਫ਼ ਦਾ ਪਾਣੀ ਪੀ ਲੈਂਦੇ ਹਾਂ, ਗਰਮੀ ਦੇ ਹਿਸਾਬ ਨਾਲ ਆਪਾਂ ਫਰਿੱਜ ਦਾ ਪਾਣੀ ਪੀ ਕੇ ਬਾਹਰ ਨਿਕਲਦੇ ਹਾਂ, ਉਹਦੇ ਨਾਲ ਜ਼ੁਕਾਮ ਖਾਂਸੀ ਬੁਖਾਰ ਆਉਣ ਦੇ ਚਾਂਸ ਹੁੰਦੇ ਆ। ਇਹ ਪਾਣੀ ਨਾਲ ਕੋਈ ਨੁਕਸਾਨ ਨਹੀਂ ਆ, ਫਾਇਦਾ ਹੀ ਆ। ਜਿੱਦਾਂ ਪਹਿਲੇ ਦੇ ਜ਼ਮਾਨੇ ਦੇ ਵਿੱਚ ਘੜੇ ਹੁੰਦੇ ਸੀਗੇ, ਜਿੱਦਾਂ 20-25 ਸਾਲ ਪਹਿਲਾਂ, ਤਾਂ ਹੁਣ ਫਰਿੱਜਾਂ ਆਈਆਂ ਵਾ, ਪਹਿਲਾਂ ਤਾਂ ਘੜੇ ਦੇ ਪਾਣੀ ਪੀਂਦੇ ਸੀ ਬਜ਼ੁਰਗ ਲੋਕ, ਪਾਣੀ ਨਾਲੇ ਸਿਹਤ ਵੀ ਵਧੀਆ ਰਹਿੰਦੀ ਸੀ, ਨਾਲੇ ਪਾਣੀ ਵੀ ਠੰਡਾ ਰਹਿੰਦਾ ਸੀ। ਮਾਹੌਲ ਕਿੰਨਾ ਕੁ ਚੇਂਜ ਹੋ ਗਿਆ ਦੇਖਿਆ ਜਾਵੇ ਤਾਂ? ਮਾਹੌਲ ਤਾਂ ਭਾਅ ਜੀ ਬਹੁਤ ਜ਼ਿਆਦਾ ਚੇਂਜ ਹੋ ਗਿਆ, ਲੋਕ ਫਰਿੱਜਾਂ ਨਾਲੋਂ ਛੱਡ ਕੇ ਹੁਣ ਮਿੱਟੀ ਦੇ ਘੜੇ ਦਾ ਪਾਣੀ ਪੀ ਰਹੇ ਨੇ। ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗ ਰਿਹਾ ਹੁਣ, ਨਵੇਂ ਨਵੇਂ ਲੋਕ ਜਿਹੜੇ ਹੁਣ ਆ ਰਹੇ ਨੇ ਪ੍ਰਾਣੀ ਲੈਣ 'ਤੇ ਆ ਰਹੇ ਨੇ, ਘੜੇ ਦਾ ਪਾਣੀ ਜ਼ਿਆਦਾ ਪੀ ਰਹੇ ਨੇ ਲੋਕ ਹੁਣ। ਜਿਸ ਤਰ੍ਹਾਂ ਵਰਾਇਟੀ ਕੀ ਆਈ ਆਈ ਹੈ ਇਸ ਸਮੇਂ ਮਾਰਕੀਟ ਦੀ ਗੱਲ ਕੀਤੀ ਜਾਵੇ? ਹੁਣ ਦੇਖੋ ਜੀ, ਇੱਕ ਮਿੱਟੀ ਦੀ ਬੋਤਲਾਂ ਆਈਆਂ ਜੀ, ਗਲਾਸ ਆਏ ਨੇ, ਦਹੀਂ ਜਮਾਉਣ ਵਾਲੇ ਆਏ ਨੇ, ਮਿੱਟੀ ਦੇ ਤਵੇ ਆਏ ਨੇ ਜੀ, ਅਤੇ ਘੜੇ ਨਵੇਂ ਆ ਗਏ ਨੇ ਹੁਣ, ਲਾਲ ਮਿੱਟੀ ਦੇ ਗੁਜਰਾਤ ਤੋਂ ਘੜੇ ਆ ਗਏ ਨੇ ਜੀ। ਵਧੀਆ ਰਹਿੰਦਾ ਪਾਣੀ, ਪਾਣੀ ਇਸਤੇਮਾਲ ਕਰਨਾ ਚਾਹੀਦਾ, ਪੀਣਾ ਚਾਹੀਦਾ। ਇਹ ਚੀਜ਼ ਕੀ ਹੈਗੀ ਹੈ, ਇਹ ਜਿਹੜੀ ਚੀਜ਼ ਪਈ ਹੋਈ ਆ, ਇਹ ਵੀ ਵਾਟਰ ਕੂਲਰ ਹੀ ਆ? ਇਹ ਵੀ ਮਿੱਟੀ ਦਾ ਵਾਟਰ ਕੂਲਰ ਹੈਗਾ ਜੀ, ਇਹਦੀ ਸ਼ੇਪ ਲੱਗ ਦਿੱਤੀ ਗਈ ਆ, ਇਹਦੇ 'ਚ ਵੀ ਪਾਣੀ ਠੰਡਾ ਰਹਿੰਦਾ ਜੀ। ਲੀਟਰ ਇਹ 4.5 ਲੀਟਰ ਦਾ। ਇਹ ਗਲਾਸਾਂ ਦਾ ਕੀ ਵਿਸ਼ੇਸ਼ ਕੀ ਹੈ, ਗਲਾਸ ਜਿਹੜੇ ਨੇ ਇਹਨਾਂ ਦਾ ਵਿਸ਼ੇਸ਼ ਕੀ ਹੈ? ਇਹ ਗਲਾਸ ਵਧੀਆ ਜੀ, ਪਾਣੀ ਪੀਣਾ ਵਧੀਆ ਰਹਿੰਦਾ। ਜਿੱਦਾਂ ਚਾਹ ਪਾਣੀ, ਜਿੱਦਾਂ ਆਪਾਂ ਬਰਿੰਦਾਵਨ ਚੱਲ ਜਾਂਦੇ ਜੀ, ਲੱਸੀ ਪੀਂਦੇ ਸੀਗੇ, ਚਾਹ ਪੀਂਦੇ ਸੀਗੇ, ਇਹ ਮਿੱਟੀ ਦੇ ਸਮਾਨ ਦਾ ਕਹਿੰਦੇ ਜੀ। ਹਾਂਜੀ ਹਾਂਜੀ, ਉਹਨੂੰ ਕੁੱਲੜ ਕਹਿੰਦੇ ਸੀ, ਹੁਣ ਇਹਦੀ ਸ਼ੇਪ ਦੂਜੀ ਦਿੱਤੀ ਗਈ ਆ, ਗਲਾਸ ਟਾਈਪ ਸ਼ੇਪ ਦਿੱਤੀ ਗਈ। ਲਾਲੂ ਪ੍ਰਸ਼ਾਦ ਯਾਦਵ ਯਾਰ ਆ ਗਿਆ ਦੇਖ ਕੇ, ਵੈਸੇ ਗੱਲ ਕੀਤੇ ਵੇ ਕੁੱਲੜ ਜਿਹੜੇ ਨੇ ਗੱਡੀਆਂ 'ਚ ਹੋਈ ਦੇ, ਉਹਨਾਂ ਨੇ ਸ਼ੁਰੂ ਕੀਤੇ ਸੀਗੇ, ਉਹੀ ਆ ਨਾ? ਹਾਂਜੀ ਹਾਂਜੀ, ਉਹੀ ਚੀਜ਼ ਨੇ, ਪਰ ਸ਼ੇਪ ਦੂਜੀ ਦਿੱਤੀ ਗਈ। ਲੇਕਿਨ ਲੋਕ ਵੀ ਹੈਗੇ ਨੇ, ਕੀ ਖਰੀਦਣ ਕੀ ਆਏ ਹੋ? ਅਸੀਂ ਇੱਕ ਤਾਂ ਆਪਣੇ ਘਰ ਵਾਸਤੇ ਘੜਾ ਲੈ ਕੇ ਘੜਾ ਲੈਣ ਆਏ ਅੱਜ, ਕਿ ਜਿਹੜਾ ਇਹ ਘੜਾ ਵੈ ਇਹ ਅੱਜ ਬੜਾ ਖੁਸ਼ੀ ਹੋ ਰਹੀ ਹੈ ਕਿ ਅਸੀਂ ਘੱਟੋ ਘੱਟ 100 ਸਾਲ ਵਾਪਸ ਪਿੱਛੇ ਜਾ ਰਹੇ ਹਾਂ। ਪੇਟ ਦੀ ਬਿਮਾਰੀਆਂ ਜਿਹੜੀਆਂ ਉਹ ਠੀਕ ਹੋ ਜਾਂਦੀਆਂ ਇਹਦੇ ਵਿੱਚ, ਜਿਹੜਾ ਅਸੀਂ ਸਿੱਧਾ ਠੰਡਾ ਪਾਣੀ ਪੀਂਦੇ ਹਾਂ ਉਹਦੇ ਨਾਲ ਸਾਡਾ ਜਿਹੜਾ ਗਲਾ ਖਰਾਬ ਹੈ, ਬਿਮਾਰੀ ਹੈ, ਅੱਗੇ ਕਰੋਨਾ ਵਰਗੀ ਮਹਾਂਮਾਰੀ ਫੈਲੀ ਹੋਈ ਆ, ਉਹਦੇ ਤੋਂ ਬਚਣ ਵਾਸਤੇ ਅਸੀਂ ਅੱਜ ਘੜਾ ਲੈਣ ਆਏ ਹਾਂ। ਘੜਾ ਲੈ ਕੇ ਜਾਵਾਂਗੇ, ਠੰਡਾ ਪਾਣੀ ਪੀਵਾਂਗੇ ਜੀ, ਅਤੇ ਇੱਕ ਅਸੀਂ ਕੁੱਜਾ ਲੈ ਕੇ ਜਾਵਾਂਗੇ, ਘਰੇ ਰੱਖਾਂਗੇ ਕੋਠੇ ਦੇ ਛੱਤ 'ਤੇ, ਗਰਮੀ ਵੱਧ ਗਈ ਹੈ ਚਿੜੀਆਂ ਦੀ ਪਾਣੀ ਪੁਣੀ ਵਾਸਤੇ ਜੀ। ਲਾਲੂ ਪ੍ਰਸ਼ਾਦ ਯਾਦਵ ਵੀ ਮੈਨੂੰ ਉੱਥੇ ਯਾਦ ਆ ਗਏ, ਕਿਉਂਕਿ ਮੈਂ ਕੁੱਲੜ ਦੇਖ ਲਏ ਇੱਥੇ, ਜਦੋਂ ਗੱਡੀਆਂ 'ਚ ਤੋਂ ਜਾਈਦਾ ਸੀਗਾ, ਉੱਧਰਲਾ ਕੂਚ ਕਰੀਦਾ ਸੀਗਾ, ਲਾਲੂ ਪ੍ਰਸ਼ਾਦ ਯਾਦਵ ਨੇ ਇੱਕ ਮਿੱਟੀ ਦੇ ਕੁੱਲੇ ਰੱਖੇ ਹੋਏ ਸੀਗੇ ਕਿ ਚਾਵਾਂ ਚੂਵਾਂ ਦਿੱਤੀਆਂ ਜਾਂਦੀਆਂ ਸੀਗੀਆਂ, ਚਾਵਾਂ ਦਿੱਤੀਆਂ ਜਾਂਦੀਆਂ ਸੀਗੀਆਂ, ਉਹ ਡਿਸਟਰੋਏ ਕਰ ਦਿੱਤਾ ਜਾਂਦਾ ਸੀ, ਮੌਕੇ ਟੁੱਟ ਜਾਂਦੇ ਸੀਗੇ, ਕੋਈ ਯੂਜ਼ ਵੀ ਨਹੀਂ ਕਰ ਸਕਦਾ ਸੀਗਾ। ਲੇਕਿਨ ਉਸ ਤਰ੍ਹਾਂ ਦੀ ਇੱਕ ਵਰਾਇਟੀ ਇੱਥੇ ਬਹੁਤ ਸੋਹਣੀ ਦੇਖਣ ਨੂੰ ਮਿਲੀ, ਗਲਾਸ ਗਲਾਸ ਬਹੁਤ ਵਧੀਆ ਜੀ, ਇਹਦੇ 'ਚ ਪਾਣੀ ਪੀਣਾ ਬਹੁਤ ਸਿਹਤ ਦਾ ਫਰਕ ਪੈ ਰਿਹਾ ਜੀ, ਇਹਦਾ ਕਰੋਨਾ ਕਰਕੇ ਵੀ ਬਹੁਤ ਫਰਕ ਹੈ ਪੈ ਰਿਹਾ ਇਹਦੇ ਨਾਲ, ਇਹ ਪਾਣੀ ਨਾਲ ਬਿਮਾਰੀ ਨਹੀਂ ਹੁੰਦੀ। ਦੂਜੇ ਤੁਹਾਨੂੰ ਪਤਾ ਵਾਟਰ ਕੂਲਰ 'ਚ ਬਰਫ਼ ਪਾ ਦਈਏ ਅਤੇ ਉਹਦੇ ਨਾਲ ਗਲੇ ਬਹਿਣੇ ਕੁਛ ਬਣਾ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਸਭ ਠੀਕ ਹੋ ਜਾਣਾ ਇੱਕ ਪਾਣੀ ਨਾਲ। ਵੀ ਦਿਖਦਾ ਕਿ ਹੁਣ ਆਪਾਂ ਠੰਡਾ ਪਾਣੀ ਵੀ ਜਿਹੜਾ ਪੀ ਸਕਦੇ ਜਿੱਥੋਂ ਆਪਾਂ ਗਰੇਜ ਕਰਦੇ ਹਾਂ, ਇਹ ਪਾਣੀ ਦਾ ਤਾਂ ਬਹੁਤ ਫਰਕ ਹੈ ਜੀ, ਇਹਦਾ ਠੰਡੇ ਪਾਣੀ ਨਾਲੋਂ ਤਾਂ ਇਹਦਾ ਬਹੁਤ ਫਰਕ ਹੈ। ਕੂਲਰ ਦੀ ਗੱਲ ਕੀਤੀ ਹੈ, ਕਿੰਨੇ ਕੁ ਵਾਟਰ ਕੂਲਰ ਜਿਹੜੇ ਮਿੱਟੀ ਦੇ ਆਏ ਨੇ, ਬੋਤਲਾਂ ਇਸ ਸਮੇਂ ਤੁਸੀਂ ਯੂਜ਼ ਕਰ ਚੁੱਕੇ ਹੋ ਜਾਂ ਹਜੇ ਯੂਜ਼ ਕਰਨ ਦੀ ਸੋਚ ਰਹੇ ਹੋ, ਤਾਂ ਕਿੱਦਾਂ ਦਾ ਇਸ ਸਮੇਂ ਦਿਲ 'ਚ ਚੱਲਦਾ? ਮੇਰੇ ਹਿਸਾਬ ਨਾਲ ਮੈਨੂੰ 4 ਸਾਲ ਹੋ ਗਏ ਯੂਜ਼ ਕਰਦਿਆਂ ਨੂੰ, ਇਹਨੂੰ ਜਿੰਨੀ ਪੇਟ ਦੀ ਪ੍ਰੋਬਲਮ ਸੀ ਸਾਰੀਆਂ ਰਿਮੂਵ ਹੋ ਚੁੱਕੀਆਂ ਨੇ, ਲਗਭਗ 90% ਰਿਮੂਵ ਹੋ ਚੁੱਕੀਆਂ ਨੇ। ਆਫਟਰ ਦੈਟ ਜਦੋਂ ਇਹਦਾ ਜਿਹੜਾ ਟੇਸਟ ਹੈ ਨਾ ਪਾਣੀ ਦਾ, ਤੁਸੀਂ ਇਹਨੂੰ 12 ਘੰਟੇ ਬਾਅਦ ਇਹਦਾ ਪਾਣੀ ਦਾ ਟੇਸਟ ਦੇਖਣਾ, ਤੁਹਾਨੂੰ ਆਪਣੇ ਆਪ ਡਿਫਰੈਂਸ਼ੀਅਲ ਫੈਕਟਰ ਨਜ਼ਰ ਆਏਗਾ, ਹਾਂ ਵੀ ਪਾਣੀ ਦਾ ਟੇਸਟ ਦਾ ਬਹੁਤ ਜ਼ਿਆਦਾ ਫਰਕ ਹੈਗਾ ਹੈ। ਆਰ ਓ ਇੱਕ ਜਿਵੇਂ ਕਹਿ ਸਕਦੇ ਇੱਕ ਸੈਂਟੀਫਿਕਲੀ ਫੈਕਟਰ ਹੈ, ਵੇ ਆਫ ਮਾਇੰਡ ਵੀ ਬੰਦੇ ਦੇ ਦਿਮਾਗ ਦੇ, ਤੁਸੀਂ ਆਰ ਓ ਨੂੰ ਔਰ ਇਹਨੂੰ ਦੋਨਾਂ ਨੂੰ ਮੇਨਟੇਨ ਕਰਕੇ 24 ਘੰਟੇ ਦੇ ਵਿੱਚ ਇਹਦਾ ਰਿਜ਼ਲਟ ਜਿਹੜਾ ਆਊਟਪੁੱਟ ਕਰ ਸਕਦੇ ਹੋ। ਆਪਾਂ ਨਾਲੇ ਭਰ ਕੇ ਤੁਰੰਤ ਨਹੀਂ ਪੀਣਾ, 24 ਘੰਟੇ ਘੱਟੋ ਘੱਟ 12-15 ਘੰਟੇ ਤੋਂ ਬਾਅਦ ਤੁਹਾਨੂੰ ਆਪਣੇ ਆਪ ਇਹ ਜਿਹੜਾ ਇਹਦਾ ਪਾਣੀ ਹੈ ਨਾ ਸਾਰਾ ਤੁਸੀਂ ਮੰਨ ਕੇ ਚੱਲੋ ਵੀ ਪਿਊਚਰਾਈਜ਼ ਹੋ ਜਾਂਦਾ, ਬਹੁਤ ਜ਼ਿਆਦਾ ਫਰਕ ਪੈ ਜਾਂਦਾ ਉਹਦੇ ਵਿੱਚ, ਜਿਹਨੂੰ ਆਪਾਂ ਕਹਿੰਦੇ ਹਾਂ ਐਲਕਲਾਈਨ ਵਾਟਰ। ਹਾਂ ਉਹ ਹਾਂ ਹੁੰਦੇ ਨੇ ਉਹ ਇਸ ਵਿੱਚ ਆਪਣੇ ਆਪ ਜਿਹੜੇ ਆਏ, ਹਾਂ ਉਹ ਸਾਰੇ ਐਲਕਲਾਈਨ ਫੈਕਟਰ ਨੇ ਸਾਰੇ ਇਹਦੇ ਵਿੱਚ ਉਸ ਟਾਈਮ ਆ ਜਾਂਦੇ ਨੇ। ਤੁਸੀਂ ਆਮ ਨੋਰਮਲ ਟੂਟੀ ਤੋਂ ਪਾਣੀ ਲੈ ਲਓ, ਉਹਨੂੰ 12 ਘੰਟੇ ਮੇਨਟੇਨ ਕਰਕੇ ਆਫਟਰ ਦੈਟ ਉਸ ਤੁਹਾਨੂੰ ਯੂਜ਼ ਕਰੋ, ਚਾਹੇ ਉਹਦਾ ਤੁਸੀਂ ਲੈਬ ਟੈਸਟ ਵੀ ਕਰਾ ਲਓ, ਤੁਹਾਨੂੰ ਸੇਮ ਅਲਕਲਾਈਨ ਵਾਟਰ ਹੀ ਮੇਨਟੇਨ ਹੋਏਗਾ। ਗੱਲ ਕੀਤੀ ਜਾਊਗੀ ਇਹ ਸਾਡੇ ਸਰੀਰ ਲਈ ਇੰਨਾ ਫਾਇਦੇਮੰਦ ਹੈਗਾ, ਫਿਰ ਸਾਡੇ ਜਿਹੜੇ ਡਾਕਟਰ ਨੇ ਉਹ ਰਿਕਮੈਂਡ ਕਿਉਂ ਨਹੀਂ ਕਰਦੇ ਚੀਜ਼ਾਂ ਨੂੰ? ਉਹਨਾਂ ਦੀ ਆਪਣੀ ਮੈਂਟੈਲਿਟੀ ਹੈ ਜੀ, ਉਹ ਉਹਨਾਂ ਦੀ ਆਪਣੀ ਮੈਂਟੈਲਿਟੀ। ਅੱਜ ਤੋਂ 50 ਸਾਲ ਜਾਂ 100 ਸਾਲ ਪਹਿਲਾਂ ਕੋਈ ਡਾਕਟਰ ਮੇਨਟੇਨ ਥੋੜ੍ਹੀ ਕਰਦੇ ਸੀਗੇ, ਕਿਸੇ ਡਾਕਟਰ ਕੋਲ ਆਪਾਂ 500 ਰੁਪਇਆ ਲੈ ਕੇ ਇੰਟਰਵਿਊ ਦੇਣ ਜਾਂਦੇ ਵੀ ਡਾਕਟਰ ਸਾਹਿਬ ਇਹਦਾ ਕੀ ਦੱਸੋ ਜੀ। ਇਹ ਚੀਜ਼ਾਂ ਦਾ ਫੈਕਟਰ ਹੈਗਾ ਜੀ, ਤੁਸੀਂ ਜਦੋਂ ਇਹਨੂੰ ਯੂਜ਼ ਕਰੋਗੇ ਉਸ ਤੋਂ ਬਾਅਦ ਹੀ ਤੁਹਾਨੂੰ ਇਹਦਾ ਰਿਜ਼ਲਟ ਜਾਂ ਆਊਟਪੁੱਟ ਨਜ਼ਰ ਆਏਗਾ। ਇਹਨੂੰ ਲਗਾਤਾਰ ਯੂਜ਼ ਕਰ ਰਿਹਾ, ਮੈਨੂੰ ਪਤਾ ਪਾਣੀ ਦਾ ਟੇਸਟ ਕਿੱਦਾਂ ਦਾ ਹੈਗਾ, ਕਾਫੀ ਤਬਦੀਲੀਆਂ ਵੀ ਬੋਡੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਲੇਕਿਨ ਉਸ ਚੀਜ਼ ਨੂੰ ਮੈਂ ਦਰਕਿਨਾਰ ਕਰ
ये सब तो पहला फैक्टर तो यह है ना भी ज़्यादा नहीं मेनटेन करना, तीन चार चार जो कैप्चर ये मेनटेन कर लो, घड़े मेनटेन कर लो, एक रख लिया दो रख लिया, जिमें डे बाय डे ला के देखो, आर ओद ही नहीं हैगी सर, तो हज़ार रुपए के बहुत वधिया चार घड़े आ जाएंगे, चार पाँच घड़े आ जाएंगे, वो तुम एक जैसट है जो एक्सपैरीमेंटल देखो, इन हफ्ते दस दिन देखो तो अपने महसूस होएगा हाँ वाकई फर्क हैगा कि नहीं हैगा। दुकान लग गई है तो घर यूज कर रहे हो? हाँ जी हाँ। लगे फ्लेवर तो घर की गल की जाए वो तुम कहें कि घड़े का पानी पिला लग गए हो? वो ये है भी कई तरह दिया बीमारियां हम चलिया ने वो दूर हो जाए जेडे घर दे घर दे पहला फ्रिजा का पानी पीते थे हूँ घड़िया का जो पीते तो वो टेस्ट होर है हल्का वा जिदे पीने नाल शरीर भी हल्का हो जाता तो शरीर से जेडे कई तरह किस्म बीमारियां जो तो राहत मिल जाती। कहना चाहोगे कि लोग जिहड़े ने उस चीज़ों दरकिनार होकर इस मिट्टी के पुरानी विरासत को किदां जुड़न नाल? मैं तो लोगों को ये अपील करांगा कि पहला जिहड़े बजुर्ग सीगे उन्हां दी उम्र भी 100-100 साल हुंदे सी, इसे करके क्योंकि वह भांडे मिट्टी जिहड़े वरतदे सीगे, सब्जी जो भी चीज़ लस्सी वगैरह जां हर चीज़ मिट्टी के भांड्यां नाल बनांदे सीगे, वो ही खांदे सीगे बना के चीज़ां, जिन्हां करके उन्हां दीआं उमरां भी लंबियां हुंदियां सी, उन्हां नूं किसे किस्म दी बीमारी नहीं हुंदी सी। ਸਾਡੇ ਲਈ ਭਾਂਡੇ ਨਹੀਂ ਸਾਡੇ ਲਈ ਉਹ ਖਾਣ ਪੀਣ ਦੀ ਚੀਜ਼ਾਂ ਹੀ ਬਹੁਤ ਮਾਇਨੇ ਰੱਖਦੀਆਂ ਸੀਗੀਆਂ ਜਿਹੜੀਆਂ ਅੱਜ ਕੱਲ੍ਹ ਮਿਲਾਵਟ ਕਰਕੇ ਮਿਲ ਰਹੀਆਂ, ਇਸ ਕਰਕੇ ਸਾਡੀ ਉਮਰਾਂ ਜਿਹੜੀਆਂ ਘੱਟ ਗਈਆਂ, ਸਾਨੂੰ ਪਹਿਲੇ ਉਹ ਮਿਲਾਵਟ ਖੋੜਾਂ ਨੂੰ ਬੰਦ ਕਰਨਾ ਪੈਣਾ ਤਾਂ ਹੀ ਅਸੀਂ ਆਪਣੀ ਉਮਰਾਂ ਦੁਬਾਰਾ ਜੀ ਸਕਾਂਗੇ, ਮਿੱਟੀ ਦੇ ਬਰਤਨਾਂ ਦਾ ਉਮਰਾਂ ਵੱਡੀਆਂ ਨਹੀਂ ਹੋਣੀਆਂ। ਉਹਦੇ ਵਿੱਚ ਸਾਡੀ ਪਬਲਿਕ ਦਾ ਵੀ ਕਸੂਰ ਹੈ ਕਿਉਂਕਿ ਉਹਨਾਂ ਨੂੰ ਜਿਹੜੀ ਮਿਲਾਵਟ ਵਾਲੀ ਚੀਜ਼ ਸਵਾਦ ਲੱਗਦੀ ਹੈ, ਜਿਹਦੇ ਕਰਕੇ ਅਗਲੇ ਦੁਕਾਨਦਾਰ ਨੂੰ ਵੀ ਕਹਿੰਦੇ ਨੇ ਭਾਈ ਉਹ ਚੀਜ਼ ਦਿਓ ਜਿਹੜੀ ਅਸੀਂ ਪਰਸੋਂ ਲੈ ਗਏ ਸੀ ਜਾਂ ਚੌਥੇ ਲੈ ਗਏ ਸੀ, ਉਹਨਾਂ ਨੇ ਉਹ ਚੀਜ਼ ਨਹੀਂ ਮੰਗਣੀ ਜਿਹੜੀ ਅੱਜ ਤੋਂ 2 ਸਾਲ ਪਹਿਲਾਂ ਲੈ ਗਏ ਸੀਗੇ, ਕਿਉਂਕਿ ਉਹਦਾ ਟੇਸਟ ਹੋਰ ਸੀਗਾ, ਅੱਜ ਕੱਲ੍ਹ ਜਿਹੜੀ ਬਿਮਾਰੀਆਂ ਦੇ ਨਾਲ ਮਿਕਸ ਹੋਈ ਆ ਉਹਨਾਂ ਦਾ ਟੇਸਟ ਹੋਰ ਆ ਉਹਨਾਂ ਨੂੰ, ਕਿਉਂਕਿ ਲੋਕਾਂ ਨੂੰ ਅੱਜ ਕੱਲ੍ਹ ਦੀਆਂ ਜਿਹੜੀਆਂ ਟੇਸਟ ਵਾਲੀਆਂ ਚੀਜ਼ਾਂ ਉਹ ਜ਼ਿਆਦਾ ਸਵਾਦ ਲੱਗਦੀਆਂ ਜਿਹਦੇ ਕਰਕੇ ਉਹ ਬਿਮਾਰੀਆਂ ਦੇ ਸ਼ਿਕਾਰ ਬਣੇ ਨੇ। ਕਹਾਵਤ ਬਹੁਤ ਸੋਹਣੀ ਹੈ, ਨਾ ਬਾਪ ਬੜਾ ਨਾ ਭਈਆ ਸਭ ਤੋਂ ਬੜਾ ਰੁਪਈਆ, ਅੱਜ ਕੱਲ੍ਹ ਤਾਂ ਸਭ ਤੋਂ ਵੱਡਾ ਰੁਪਈਆ ਤਾਂ ਇਹਨਾਂ ਨੂੰ ਕਹਿੰਦੇ ਮਿੱਟੀ ਦੇ ਭਾਂਡੇ ਯੂਜ਼ ਕਰੋ, ਆਪਣੀ ਜ਼ਿੰਦਗੀ ਤੋਂ ਰਾਹਤ ਲਓ, ਉਮਰਾਂ ਵੀ ਤੁਹਾਡੀਆਂ ਲੰਬੀਆਂ ਆਉਣਗੀਆਂ, ਬਿਮਾਰੀਆਂ ਤੋਂ ਵੀ ਰਾਹਤ ਪਾਓਗੇ ਅਤੇ ਡਾਕਟਰਾਂ ਤੋਂ ਬਚੇ ਰਹੋਗੇ, ਨਹੀਂ ਤਾਂ ਫਿਰ ਹਸਪਤਾਲਾਂ ਦੇ ਵਿੱਚ ਤਾਂ ਹੈ ਹੀ ਹੈ, ਕਈਆਂ ਦਾ ਮਕਾਨ ਵਿਕੂਗਾ, ਕਈਆਂ ਦੇ ਬੈਂਕ 'ਚ ਪੈਸੇ ਜਿਹੜੇ ਨੇ ਉਹ ਖਾਲੀ ਹੋਣਗੇ, ਆਣੀਆਂ ਤਾਂ ਲਾਸ਼ਾਂ ਹੀ ਨੇ। ਅਸੀਂ ਉਸ ਸੱਚੇ ਪਾਤਸ਼ਾਹ ਅੱਗੇ ਉਸ ਮਹਾਂਮਾਰੀ ਅੱਗੇ ਅਰਦਾਸ ਕਰਾਂਗੇ, ਜਿਹੜੀ ਮਹਾਂਮਾਰੀ ਜਿਹੜੀ ਚੱਲ ਰਹੀ ਖਤਮ ਹੋਵੇ, ਸੰਸਾਰ ਦੇ ਵਿੱਚੋਂ ਅਤੇ ਅਸੀਂ ਦੁਬਾਰਾ ਹੱਸ ਮਿਲ ਕੇ ਖੇਡੀਏ, ਉਹ ਜੀਵਨ ਦੁਬਾਰਾ ਬਤੀਤ ਕਰੀਏ ਜਿੱਦਾਂ ਅਸੀਂ ਪਹਿਲੇ ਮਿਲਦੇ ਜੁਲਦੇ ਸੀਗੇ। ਲੇਕਿਨ ਬਹੁਤ ਸੋਹਣੀ ਗੱਲ ਹੈ ਕਿ ਇਹ ਜਿਹੜੇ ਮਿੱਟੀ ਦੇ ਬਰਤਨ ਨੇ ਲੋਕਾਂ ਨੂੰ ਵੀ ਇਹਦੇ ਵੱਲ ਅਟਰੈਕਟਿਵ ਹੋਣਾ ਚਾਹੀਦਾ ਅਤੇ ਲਗਾਤਾਰ ਇਹਨਾਂ ਦਾ ਯੂਜ਼ ਕਰਨਾ ਚਾਹੀਦਾ। ਘਰੇ ਕੇਟਲਾਂ ਵੀ ਹੁੰਦੀਆਂ ਨੇ, ਕੈਟਲ ਵੀ ਤੁਸੀਂ ਦੇ ਸਕਦੇ ਹੋ, ਜਿਹੜੀ ਇੱਥੇ ਹੈਗੀ ਹੈ ਤਸਵੀਰਾਂ ਦਿਖਾਈ ਜਾਂਦੀ ਹੈ ਕਿ ਚਾਹ ਚੂਹ ਪੀਣੀ ਹੋਵੇ, ਕੁਛ ਪੀਣਾ ਹੋਵੇ ਜਾਂ ਪਾਣੀ ਪੀਣਾ ਹੋਵੇ ਤਾਂ ਆਹ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਲੇਕਿਨ ਤਮਾਮ ਜਿਹੜੀਆਂ ਨਵੀਆਂ ਆਧੁਨਿਕ ਚੀਜ਼ਾਂ ਜਿਹੜੀਆਂ ਸਮੇਂ ਦੇ ਨਾਲ ਤਬਦੀਲ ਹੋ ਚੁੱਕੀਆਂ ਹੋਈਆਂ, ਉਹ ਚੀਜ਼ਾਂ ਸਾਰੀਆਂ ਦੀ ਸਾਰੀਆਂ ਜਿਹੜੀਆਂ ਇੱਥੇ ਤੁਹਾਨੂੰ ਇੱਕ ਛੱਤ ਥੱਲੇ ਜਿਹੜੀਆਂ ਨੇ ਮਿਲ ਜਾਣਗੀਆਂ, ਤਮਾਮ ਤਸਵੀਰਾਂ ਨੇ ਤੁਹਾਨੂੰ ਦਿਖਾਈਆਂ ਵੀ ਜਾ ਰਹੀਆਂ ਨੇ। ਅਲੱਗ ਅਲੱਗ ਡਿਜ਼ਾਈਨ ਦੀਆਂ ਗੱਲ ਕੀਤੀ ਜਾਵੇ, ਅਲੱਗ ਅਲੱਗ ਡਿਜ਼ਾਈਨ ਜਿਹੜੇ ਨੇ ਉਹ ਅਲੱਗ ਅਲੱਗ ਡਿਜ਼ਾਈਨਾਂ ਦੀ ਗੱਲ ਕੀਤੀ ਜਾਵੇ, ਅਲੱਗ ਅਲੱਗ ਡਿਜ਼ਾਈਨ ਜਿਹੜੇ ਨੇ ਉਹ ਇੱਥੇ ਪਏ ਹੋਏ ਨੇ, ਗਲਾਸਾਂ ਦੀ ਗੱਲ ਕੀਤੀ ਜਾਵੇ, ਕੂਲਰ ਜਿਹਨੂੰ ਉਹ ਵੀ ਇੱਥੇ ਪਏ ਹੋਏ ਨੇ, ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਕੈਟਲਾਂ ਜਿਹੜੀਆਂ ਨੇ ਉਹ ਵੀ ਇੱਥੇ, ਵਾਟਰ ਕੂਲਰ ਜਿਹੜੇ ਨੇ ਉਹ ਵੀ ਪਏ ਹੋਏ ਨੇ, ਕਿਉਂਕਿ ਹਰ ਕੋਈ ਚਾਹੁੰਦਾ ਕਿ ਘਰ ਦੇ ਵਿੱਚ ਚੀਜ਼ ਪਈ ਜਿਹੜੀ ਆ ਸੋਹਣੀ ਲੱਗਣੀ ਚਾਹੀਦੀ ਹੈ। ਇਸ ਕਰਕੇ ਉਸ ਹਿਸਾਬ ਦੇ ਨਾਲ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਮਾਹੌਲ ਦੇ ਹਿਸਾਬ ਦੇ ਨਾਲ ਚੇਂਜ ਕਰ ਦਿੱਤੀਆਂ, ਮਾਹੌਲ ਦੇ ਹਿਸਾਬ ਨਾਲ ਇਸ ਕਰਕੇ ਚੇਂਜ ਕਰ ਦਿੱਤੀਆਂ ਕਿ ਹੁਣ ਲੋਕ ਜਿਹੜੇ ਨੇ ਹੁਣ ਇਹਨਾਂ ਦੇ ਵਿੱਚ ਪਾਣੀ ਪੀਣਗੇ, ਦੱਸਿਆ ਜਾਂਦਾ ਲੋਕਾਂ ਨੂੰ, ਦੱਸਿਆ ਜਾਂਦਾ ਜਿਹੜੇ ਯੂਜ਼ ਕਰਦੇ ਨੇ, ਇਸਤੇਮਾਲ ਕਰਦੇ ਨੇ ਕਿ ਇਹਨਾਂ ਨਾਲ ਜਿਹੜੀਆਂ ਸਰੀਰ ਦੀ ਬਿਮਾਰੀਆਂ ਖਤਮ ਹੁੰਦੀਆਂ ਨੇ। ਲੁਧਿਆਣਾ ਤੋਂ ਦੀਪਕ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।